के खिलवाएगा जवान हाल में नाल कह गए चलेंगे लिख दे Thank you.
कबला खत्म हो गया नाव करना
ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ कीर्तन तो बाद स्वामी जी कथा करेंगे। सर्वत संगता ने कथा विचार
Thank you.
इतिहास घटना दर्ज है कि गुरु अर्जन देव जी महाराज पंचम पातशाह उन्होंने समय की वार्ता है उन्होंने समय सत्ता से चला गुरु साहब के शादी है पूजा है जो गुरु घर के विचारे की पूजा भी बहुत घट हुई जो सत्ता बलवंडा सी उन्होंने मन में विचार आया भी सतगुरु ने बहुत करताया है भी इन्हें कोई ज्यादा पैसा ना हो जाए अभी पूजा ज्यादा ना हो जाए तो गुरमुखो श्रद्धा शंका ये दो चीजा ने जो इंसान के मन में शंका पैदा होती है उसे फिर श्रद्धा खत्म हो जाती है उन्होंने बिना कीर्तन कौन करेगा सतगुरु ने कोलों गुरसिख गए जाके बेनती की भाई सतगुरु ने तुहानू बुलाया है चलो गुरु घर के विच कीर्तन करना है वो कहने लगे नहीं असं गुरु घर विच कीर्तन नहीं करेंगे सिखा ने जाके सतगुरु नू बेनती की महाराज सत्ता ते बलवंडा ने निंदिया करे कोई अपने गुरु के जन्म स्थान की निंदिया करे तो गुरमुखों फिर उदा की हशर होएगा इतों तक गल बिगड़ गई कोई उन्होंने मोह नहीं लाता दर दर से भटकते फिरते ने किसी ने दसिया भाई जेकर तू सतगुरों तो माफी मंगनी है ना लाहौर दे विच परोपकारी सिख भाई लद्दा जी ने भाई लद्दा जी गुरसिख दे बड़े प्रेमी ने गुरु घर दे प्रेमी ने ओ तेरे ते परो ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖਿਓ ਪ੍ਰਭੂ ਨਾਨਕ ਦੇ ਘਰ ਹੱਥ ਪਰਮ ਸਤਿਕਾਰਯੋਗ जो महापुरशा ने शब्द कहा साध की महिमा भेद न जाने चेता सुने आप हाजर नाजर बैठे दस गुरु भक्त बैठे है इन्होंने चरणा में आप मस्तक लाने उतरों के खिचना गुरु प्यारे आप बहुत भागा वाले हैं महापुरशा ने ਪਿਆਰੇ
ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆਈਆਂ, ਸ਼ਬਦ ਉਦਾਂ ਗਾਵੋ ਹਰੀ ਕੀ ਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਮਣਾ ਗਲਾ ਸਮਰਾਤ ਸੁਆਮੀ ਸੋ ਕਾ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੇ, ਨਾਮ ਮਨ ਵਸਾਵੇ, ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ, ਸਾਚਾ ਨਾਮ ਮੇਰਾ ਆਤਾਰ, ਸਾਜ ਨਾਮ ਆਤਾਰ ਮੇਰਾ, ਜਿਨ ਪੋਖਾ ਸਭ ਗਵਾਈਆਂ, ਕਰ ਸਾਤ ਸੁਖ ਮਾਣ ਆਈ ਵਸਿਆ, ਜਿਨੇ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟ ਹੋ, ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਤਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਾਲਾ ਜਿਤ ਕਰ ਤਾਰੀਐ, ਪੰਜ ਦੂਤ ਤਦ ਵਾਸੈ ਗੀਤੇ, ਕਾਲ ਕੰਟ ਕੁਮਾਰਿਆ, ਤੁਰ ਕਰ ਪਾਇਆ ਤੁਤ ਜਨ ਕੋ ਸੇ ਨਾ ਮਾਰਕ ਲਾਗੀ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਾਦ ਵਾਜੇ, ਅੰਧ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੋਹਣੇ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਾਨੀਤ ਕਹਿਤੇ ਪਵਿਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਾਦ ਤੋਰੇ, ਸੁਣਦੇ ਪਾਨੀਤ ਕਹਿਤੇ ਪਵਿਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਾਦ ਤੋਰੇ, ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ, ਦਿਵਸ ਰਾਤ ਦੁਇਦਾਈ ਦਾਇਆ ਖੇਲ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿੰਨੇ ਨਾਮ ਤੇ ਆਇਆਂਗੇ ਮਸ਼ਕਤ ਕਾਲ, ਨਾਨਕ ਤੇ ਮੁਕਿਓ ਜਲੇ ਕੀਤੀ ਛੁੱਟੀ ਨਾਲ, ਜਿੰਨੇ ਨਾਮ ਤੇ ਆਇਆਂਗੇ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤਾ ਮੈਂ ਸਗਲ ਸਮਗਰੀ, ਤੁਮਰੈ ਸੂਤਰ ਤਾਰੀ, ਤੁਮ ਦੇ ਹੋਏ ਸੋ ਆਗਿਆਕਾਰੀ, ਤੁਮਰੀ ਦਾਤ ਵੇਤ ਤੁਮੇ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਤਦੇ ਆਗੀ ਅਰਦਾਸ ਮਾਰੀ, ਜੀਉ ਪਿੰਡ ਸਭ ਤੇਰਾ ਪਿਆਰੀ, ਤਵ ਨਾਨਕ ਸਭ ਤੇ ਵਡਿਆਰੀ, ਕੋਈ ਨਾਲ ਨ ਜਾਣੇ ਮੇਰਾ ਵਾਰੀ। ਵਾਹਿਗੁਰੂ ਵਾਹਿਗੁਰੂ ਅਰਦਾਸ ਓਂਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਮੀਨ, ਪ੍ਰਥਮ ਭਗਤੀ ਸਿਮਰ ਕੈ, ਸ੍ਰੀ ਗੁਰੂ ਨਾਨਕ ਲਈ ਧਿਆਈ, ਬਿਰੰਗਤ ਗੁਰ ਤੇ ਅਮਰਦਾਸ, ਰਾਮਦਾਸਾ ਹੋਣਾ ਜੀ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ, ਜੇ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਦਿਆ ਵੈ ਧਾਈ, ਸਭ ਤਈ ਹੋਣਾ ਜੀ ਸਹਾਈ, ਸਭ ਤਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਤਈ ਹੋਣਾ ਜੀ ਸਹਾਇ, ਸਭ ਤਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹ ਜਗਦੀ ਜੋਤ ਗੱਦੀ ਪ੍ਰਭਰਾਜਮਾਨ,
श्री गुरु ग्रंथ साहिब जी के पाठ दर्शन दर दा ध्यान करके बोलना रे श्री हजूर जी के पंज प्यारे चार साहबजादे चाली मुक्ति सिंघाटियां जपियां तपियां जिन्हां तेरा नाम जपिया वंड छकिया दे चलाए ते गवाहे ਤੇ ਕੇ ਅੰਡਟ ਕੀਤਾ ਸਿਦਕ ਭਰੋਸਾ ਧਰਮ ਨਹੀਂ ਹਾਰਿਆ ਆਪ ਜੀ ਕੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪਿਆਰਿਆਂ ਸਚਾਰਿਆਂ ਸ਼ਹੀਦਾਂ ਦੀ ਕੁਰਬਾਨੀ ਕਾ ਧਿਆਨ ਧਰਕੇ ਬੋਲਣਾ ਜੇ ਸ੍ਰੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖਰੀਆਂ ਤੇ ਚਰੇ ਤਨ ਆਰਨ ਚਰਾਏ ਗਏ ਕੀਮਾ ਕੀਮਾ ਕੀਤੇ ਗਏ ਪ੍ਰੰਤੂ ਸਦਿਕ ਭਰੋਸਾ ਧਰਮ ਨਹੀਂ ਹਾਰਿਆ ਆਪ ਜੀ ਕੇ ਬਾਣੀ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਸਿੰਘਣੀਆਂ ਭਜਾਈਆਂ ਦੇਸ ਭਗਤੋਂ ਕੀ ਕੁਰਬਾਨੀ ਕਾ ਧਿਆਨ ਧਰਕੇ ਬੋਲਣਾ ਜੇ ਸ੍ਰੀ ਆਪ ਜੀ ਕੇ ਪੰਜਾਂ ਤਖਤਾਂ ਸਰਬੱਤ ਹੀ ਗੁਰਦੁਆਰਿਆਂ ਜਹਾਂ ਜਹਾਂ ਆਪ ਜੀ ਕੇ ਪਵਿੱਤਰ ਚਰਨ ਪਏ ਤੀਰਥ ਇਸ਼ਨਾਨ ਮਹਾਤਮ ਜੀ ਕਾ ਧਿਆਨ ਧਰਕੇ ਬੋਲਣਾ ਜੇ ਸ੍ਰੀ ਪ੍ਰਥਮੇ ਸਰਬੱਤ ਹੀ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤੇ ਆਵੈ ਨਾਮ ਚਿੱਤੇ ਆਵਣ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਸਾਹਿਬ ਤਾਂ ਤਾਂ ਰਸ਼ ਰਹਿ ਧੌਨ ਦੇਖਦੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸਮੂਹ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਮਗਸੋ ਜੀ ਆਪ ਜੀ ਕੇ ਸਿੱਖਾਂ ਨੂੰ ਸਿੱਖੀ ਦਾਨ ਕਿਸ ਦਾਨ ਰਹਿ ਦਾਨ ਵਸਾਹ ਦਾਨ ਦਾਨਾ ਤਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਪਵਿੱਤਰ ਸਰੋਵਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਹੋਵੇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਆਪ ਜੀ ਕੇ ਬੱਚਿਆਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰ ਰਾਖਾ ਆਪ ਹੀ ਕਾਲ ਪ੍ਰਕੰਤਰ ਜਾਮੀ ਜੀਉ ਜੇਤਾ ਸਮੁੰਦ ਸਾਗਰ ਨੀਰ ਭਰਿਆ ਕੇਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰ ਉਪਾਹੋ ਦੂਦੇ ਪਾਥਰ ਤਾਰੇ ਜੀਅੜਾ ਗਿਣ ਬਰਾਬਰ ਤਪਾ ਭੀਤਰ ਵਾਗਿਆ ਕਰਤੀ ਪਰਨੋਤ ਨਾਨਕੋ ਕੋ ਪਛਾਣ ਸੁਖੋ ਵਾਦੇ ਰਾਤੀ ਦਾਤਾ ਸੁਖੋ ਵਾਦੇ ਰਾਤੀ ਤਨ ਤੰਦ ਤਪਾਸ਼ਿਓ ਕੀ ਜਗਦੀ ਜੋਤ ਗੱਦੀ ਪ੍ਰਵਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਵੇਲੇ ਆਪ ਜੀ ਕੇ ਪਵਿੱਤਰੀ ਚਰਨ ਕਮਲੋਂ ਪਾਸ ਅਰਦਾਸ ਰੂਪਾ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਕਿ ਬਾਬਾ ਰਾਮਦਾਸ ਜੀ ਦੇ ਇਸ ਪਵਿੱਤਰ ਸਥਾਨ ਭਵਿੱਖ ਆਸਰਮ ਡੇਰਾ ਕੈਲਾਸਾਣਾ ਪਿੰਡ ਗੰਗਾ ਵਿਖੇ ਸੱਚਖੰਡ ਵਾਸੀ ਸ੍ਰੀ ਸ੍ਰੀ 108 ਸੰਤ ਬਾਬਾ ਕਰਨੈਲ ਦਾਸ ਜੀ ਉਹਨਾਂ ਤੋਂ ਵਰਸਾਏ ਸੱਚਖੰਡ ਵਾਸੀ ਸੰਤ ਬਾਬਾ ਸੇਵਾ ਦਾਸ ਜੀ ਉਹਨਾਂ ਤੋਂ ਵਰਸਾਏ ਸੰਤ ਬਾਬਾ ਰਹਿਮਤ ਦਾਸ ਜੀ ਦੀ ਸੋ ਪ੍ਰੇਰਣਾ ਦੇ ਸਦਕਾਲ ਅਤੇ ਸਮੂਹ ਨਗਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਏ ਹਨ ਬਰਸੀ ਦੇ ਸੰਬੰਧ ਵਿੱਚ ਪਰਸੋਂ ਦੇ ਸਭ ਦਿਹਾੜੇ ਤੋਂ ਲੈ ਕਰਕੇ ਰੱਬੀ ਬਾਣੀ ਦੇ ਸ੍ਰੀ ਖੰਡ ਪਾਠ ਪ੍ਰਾਰੰਭ ਕਰਵਾ ਕਰਕੇ ਭਜਨ ਕਰਵਾਏ ਜਾ ਰਹੇ ਸੱਚੇ ਪਾਤਸ਼ਾਹ ਜੀ ਜਿਸ ਵਿੱਚ ਪਹਿਲਾ ਸ੍ਰੀ ਅਖੰਡ ਪਾਠ ਭਾਈ ਕਿੱਕਰ ਸਿੰਘ ਤਿੰਨਾਂ ਦੇ ਸਪੁੱਤਰ ਭਵਜੋਤ ਸਿੰਘ ਸਮੂਹ ਪਰਿਵਾਰ ਵੱਲੋਂ ਬੱਚੇ ਦੇਵ ਦੇ ਜਾਣ ਦੀ ਖੁਸ਼ੀ ਵਿੱਚ ਸੁੱਖਣਾ ਸੁੱਖੀ ਸੁੱਖਣਾ ਨੂੰ ਸੰਪੂਰਨ ਕਰਦਿਆਂ ਹੋਏ ਹਨ ਅਤੇ ਆਪਣੇ ਨਾਲ ਕੀਤੇ ਹੋਏ ਬੱਚਿਆਂ ਦੀ ਪਾਲਣਾ ਕਰਦਿਆਂ ਹੋਏ ਹਾਂ ਕੋਠੇ ਛੱਪੜੀ ਵਾਲੇ ਦੂਜਾ ਸ੍ਰੀ ਅਖੰਡ ਪਾਠ ਭਾਈ ਬੋੜ ਸਿੰਘ ਤਿੰਨਾਂ ਦੇ ਸਪੁੱਤਰ ਸੁਖਪ੍ਰੀਤ ਸਿੰਘ ਸਮੂਹ ਪਰਿਵਾਰ ਵੱਲੋਂ ਕਾਕਾ ਰਹਿਮਤ ਸਿੰਘ ਅਤੇ ਬੀਬੀ ਕੁਦਰਤ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਪਿੰਡ ਚਾ ਕੇਸਰ ਸਿੰਘ ਵਾਲਾ ਸਮੂਹ ਗਰਮ ਪਰਿਵਾਰਾਂ ਵੱਲੋਂ ਰੱਬੀ ਬਾਣੀ ਦੇ ਖੰਡ ਭਜਨ ਜਾਪ ਕਰਵਾਏ ਗਏ ਇਸ ਵੇਲੇ ਆਪ ਜੀ ਕੀ ਬੜੀ ਮਹਾਨ ਕਿਰਪਾਲਤਾ ਦਿਆਲਤਾ ਦੇ ਸਦਕਾ ਗੁਰਬਾਣੀ ਦੇ ਪਾਠ ਆਤਮ ਮਦ ਮੋਹ ਤੋਂ ਨਿਰਵਿਘਨਤਾ ਸਮੇਤ ਭੋਗ ਪਾਏ ਗਏ ਭੋਗ ਨੂੰ ਮੁੱਖ ਰੱਖਦੇ ਹੋਏ ਸਮੂਹ ਸੰਗਤਾਂ ਵੱਲੋਂ ਗਰਮ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਜੇ ਪੈਸਾ ਕੇ ਬੇਅੰਤ ਮਾਇਆ ਪੰਗੀਕਾਰ ਕਰਨੇ ਗੁਰਮੁ ਪਰਿਵਾਰ ਦੇ ਕਾਰਜ ਰਾਸ ਕਰਨੇ ਸਰਬੱਤ ਸੰਗਤ ਦੇ ਕਾਰਜ ਰਾਸ ਕਰਨੇ ਨਗਰ ਵਿੱਚ ਚੜ੍ਹਦੀ ਕਲਾ ਰੱਖਣੀ ਜੇਰੇ ਦੇ ਮਹਾਂਪੁਰਸ਼ਾਂ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ ਭਜਨਮੰਦਗੀ ਕਰਨ ਦੀ ਬਲਬੁੱਧੀ ਬਖਸ਼ਿਸ਼ ਕਰਨੀ ਅਸਜੇ ਹੋਏ ਦੀਵਾਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਕੀਰਤਨ ਕਥਾ ਵਿਚਾਰਾਂ ਕੀਤੀਆਂ ਗਈਆਂ
ਗੁਰਬਾਣੀ ਪੜ੍ਹਦਿਆਂ ਤੋਂ ਕਥਾ ਕੀਰਤਨ ਵਿਚਾਰਾ ਕਰਦਿਆਂ ਤੋਂ ਕਿਸੇ ਤਰ੍ਹਾਂ ਦੀ ਊਨਤਾਈ ਜਾਂ ਸਮਝ ਕੇ ਮਤ ਬਖਸ਼ਿਸ ਕਰਨੀ ਆ ਸੱਚੇ ਪਾਤਸ਼ਾਹ ਜੀ ਗਲਤੀਆਂ ਬਖਸ਼ਿਸ਼ ਕਰਨੀਆਂ ਮਨੋਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ ਸਮੂਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਦਿੱਤੀਆਂ ਹੋਈਆਂ ਨੇ ਕਮਾਈਆਂ ਵਿੱਚੋਂ ਆਪ ਜੀ ਕੀ ਪਵਿੱਤਰ ਤੇ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਧਿਆਵਲ ਦੇ ਸੱਜ ਕੇ ਹਾਜ਼ਰ ਕੀਤੀ ਗਈ ਅਣਕ ਪ੍ਰਕਾਰ ਭੋਜਨ ਭੋਗ ਕੇ ਬਹੁ ਵਿਅੰਜਨ ਮਿਸ਼ਟਾਏ ਕਰੀ ਪਾਕਿਸਤਾਨ ਸੋਚ ਪਵਿੱਤਰ ਲਾਭ ਭੋਗ ਹਾਰਾਏ ਆਪ ਜੀ ਕੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਪ੍ਰਸਾਦ ਸੰਗਤ ਕੇ ਰਸਨਾ ਲਾਇਕ ਹੋਵੇ ਇਸ ਚੱਲ ਰਹੀ ਲੜੀ ਦੇ ਵਿੱਚ ਤਿੰਨ ਦਿਨਾਂ ਤੋਂ ਲੈ ਕੇ ਸੰਗਤ ਨੇ ਸੇਵਾ ਕੀਤੀ ਤਨ ਮਨ ਧਨ ਦੀ ਸੇਵਾ ਕੀਤੀ ਦੁੱਧ ਦੀ ਸੇਵਾ ਕੀਤੀ ਕੀਤੀ ਹੋਈ ਸੇਵਾ ਥਾਏ ਪਾਉਣੀ ਮਨੋਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ ਇਸ ਵੇਲੇ ਆਪ ਜੀ ਕੇ ਗੁਰਸਿੱਖ ਸੰਗਤਾਂ ਕੋਲ ਅਲਾਹੀ ਗੁਰਬਾਣੀ ਦੇ ਹੁਕਮ ਨਵੇਂ ਬਖਸ਼ੋ ਹੁਕਮ ਨਵੇਂ ਬਖਸ਼ ਕੇ ਨਿਹਾਲ ਕਰੋ ਹੁਕਮ ਨਵੇਂ ਤੇ ਚੱਲਣ ਦੀ ਸਮਰੱਥਾ ਬਖਸ਼ੋ ਸੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਦੋਹਰਾ ਆਗਿਆ ਭਈਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਤੋ ਪ੍ਰਭ ਕੋ ਮਿਲ ਬੋਝ ਹੈ ਕੋਈ ਸ਼ਬਦ ਮੈਰੀ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਕੁਆਰ ਹੋਈ ਸਾ ਮਿਲੇਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰ ਪਾ ਜੋ ਸਰਦਾ ਕਰ ਸੀਮਾ ਦੇ ਗੁਰ ਪਾਰ ਉਤਾਰ ਨਹਾਰ ਜੋ ਬੋਲੇ ਵੱਲੋਂ ਪ੍ਰਵਚਨ ਸੁਣੇ ਜਨ ਸਫਲ ਬਣਾਏ ਸੰਗਤ ਦੀਆਂ ਹਾਜ਼ਰੀਆਂ ਭਰੀਆਂ ਸੋ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਜਿਹਨਾਂ ਸੰਗਤਾਂ ਨੇ ਭਾਈ ਲੰਗਰ ਪਾਣੀ ਨਹੀਂ ਛਕਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆ ਜਾਣ ਵਿੱਚ ਸੇਵਕਾਂ ਹੋਰ
ਦੇਖਿਓ ਸਾਹਮਣੇ ਵੀਰੇ ਬਾਈ ਜੀ ਤੂੰ ਮੇਰੇ ਵਾਲੀ ਸਾਈਡ ਤੇ ਆ ਇੱਥੋਂ ਖਿੱਚ ਬਾਹਰ ਖਿੱਚਣੀ ਰੰਗ ਬਣਾ ਦੀ ਆਟੋ ਨਾ ਓਕੇ ਜੀ ਲੈ ਲਿਆ ਫੋਟੋ ਸਹੀ ਆ ਰਹੀ ਹੈ ਕਿ ਨਹੀਂ ਹਾਂਜੀ ਬਾਈ ਬਲਾਰ ਨਾ ਕਰ ਦੀ ਨਹੀਂ ਠੀਕ ਹੈ ਜੀ ਸਾਰੇ ਦੇਖ ਲਾ ਵੀਰੇ ਪਿੱਛੇ ਖੜੇ ਆ ਜਿਹੜੇ ਇੱਧਰ ਆ ਜਾਓ ਸਾਈਡ ਤੇ ਆ ਜਾਓ ਨਾਲ ਦੂਜੇ ਲੋਟ ਖਿੱਚ ਕੇ ਪ੍ਰਧਾਨ ਇਸ ਲੋਟ ਠੀਕ ਹੈ ਜੀ ਖੜਾ ਹੋਊਗਾ।